ਨਸ਼ਾ ਛੁਡਾਓ ਕੇਂਦਰ ਦੇ ਵਿੱਚ ਇਸ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ, ਜਿੱਥੇ ਪਰਿਵਾਰ ਨੇ ਸੰਬੰਧੀ ਨੌਜਵਾਨ ਦੇ ਕਤਲ ਦਾ ਸ਼ੱਕ ਜਤਾਇਆ, ਕਿਉਂਕਿ ਨੌਜਵਾਨ ਦੇ ਸਰੀਰ 'ਤੇ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਸੀ ਅਤੇ ਉਸਦੀ ਅੱਖ ਨੀਲੀ ਹੁੰਦੀ ਹੈ ਅਤੇ ਗਰਦਨ 'ਤੇ ਵੀ ਕਾਫੀ ਨਿਸ਼ਾਨ ਹੁੰਦੇ ਨੇ। ਤਾਂ ਮਲੇਰਕੋਟਲਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ। ਤਾਂ ਪਰਿਵਾਰ ਨੇ ਇਸ ਨੌਜਵਾਨ ਨੂੰ ਨਸ਼ਾ ਛੁਡਾਉਣ ਦੇ ਲਈ ਰਾਜੇਵਾਲ ਦੇ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਸੀ, ਪਰ ਇਸ ਨੌਜਵਾਨ ਨੂੰ ਉਸਦੀ ਜਗ੍ਹਾ ਮਹੌਲੀ ਕਲਾਂ ਦੇ ਵਿੱਚ ਲਿਜਾਇਆ ਗਿਆ ਅਤੇ ਫਿਰ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਇਸ ਨੂੰ ਹਾਰਟ ਅਟੈਕ ਆ ਗਿਆ, ਜਿਸ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ। ਤਾਂ ਜਿਵੇਂ ਹੀ ਪਰਿਵਾਰ ਮੌਕੇ 'ਤੇ ਪਹੁੰਚਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸਦੇ ਸਰੀਰ 'ਤੇ ਤਾਂ ਕਾਫੀ ਸੱਟਾਂ ਵੱਜੀਆਂ ਹੋਈਆਂ ਨੇ। ਤਾਂ ਜਦ ਇਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਵੀ ਇਸ ਸੰਬੰਧੀ ਦੱਸਿਆ ਕਿ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨੇ ਅਤੇ ਮਲਟੀਪਲ ਇੰਜਰੀਜ਼ ਆਈਆਂ ਹੋਈਆਂ ਨੇ ਅਤੇ ਇਸ ਦੇ ਨਾਲ ਕੁੱਟਮਾਰ ਹੋਈ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਇੱਕ ਸ਼ਖਸ ਨੂੰ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਸ ਨੌਜਵਾਨ ਨੂੰ ਨਸ਼ਾ ਛੁਡਾਉਣ ਦੇ ਲਈ ਕੇਂਦਰ ਦੇ ਵਿੱਚ ਭਰਤੀ ਕੀਤਾ ਗਿਆ ਸੀ। ਤਾਂ ਫਿਰ ਕੁਝ ਸਮੇਂ ਬਾਅਦ ਹੀ ਇਸ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ। ਤਾਂ ਪਰਿਵਾਰ ਜਦ ਜਾ ਕੇ ਵੇਖਦਾ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਦੇ ਨਾਲ ਕੁੱਟਮਾਰ ਹੋਈ ਹੈ, ਕਿਉਂਕਿ ਉਸਦੇ ਸਰੀਰ 'ਤੇ ਕਾਫੀ ਸੱਟਾਂ ਦੇ ਨਿਸ਼ਾਨ ਸੀ। ਤਾਂ ਜਿਵੇਂ ਹੀ ਪੁਲਿਸ ਕੋਲ ਇਹ ਮਾਮਲਾ ਪਹੁੰਚਿਆ ਤਾਂ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਕਾਬੂ ਕਰ ਲਿਆ ਗਿਆ। ਕੀ ਨਾਮ ਆ ਭਾਈ ਤੁਹਾਡਾ? ਹਰਦੀਪ ਕੌਰ। ਇਹ ਜਿਹੜੇ ਬੇਟੇ ਨਾਲ ਐਕਸੀਡੈਂਟ, ਬੱਚੇ ਨਾਲ ਕੀ ਨਾਮ ਉਹਦਾ? ਰਮਨਦੀਪ ਸਿੰਘ। ਤੁਹਾਡਾ ਕੀ ਲੱਗਦਾ? ਭਰਾ ਸੀ। ਕਿਹੜਾ ਪਿੰਡ ਬੱਚੇ ਦਾ? ਬਣਵਾਰੀ ਹੈ ਜੀ। ਕੀ ਗੱਲ ਕੀ ਹੋਈ ਅਸਲ? ਉਹ ਸ਼ਰਾਬ ਪੀਂਦਾ ਸੀਗਾ ਥੋੜ੍ਹੀ ਜਿਹੀ, ਕਈ ਵਾਰ ਦਿਨੇ ਵੀ ਲੱਗ ਜਾਂਦਾ ਸੀ, ਵੈਸੇ ਸ਼ਾਮ ਨੂੰ ਪੀਂਦਾ ਸੀ। ਅਤੇ ਸਾਨੂੰ ਐਂ ਸੀ ਵੀ ਉਹ ਮਸ਼ੀਨ ਦਾ ਸੀਜ਼ਨ ਲਾਉਂਦਾ ਵੀ ਚਲੋ ਉਦੋਂ ਤੱਕ ਸੈੱਟ ਹੋ ਜੂ, ਬਿਲਕੁਲ 2 ਮਹੀਨੇ ਆਪਾਂ ਉਹਨੂੰ ਸੈਂਟਰ 'ਚ ਭੇਜ ਦਿੰਦੇ ਹੈਗੇ। ਤਾਂ ਅਸੀਂ ਸੈਂਟਰ ਦੇ ਵਿੱਚ ਫੋਨ ਕੀਤਾ ਤਾਂ ਉਹ ਆ ਕੇ ਲੈਣ ਆਈ ਸੀ। ਕਿਹੜੇ ਸੈਂਟਰ 'ਚ? ਸੈਂਟਰ ਅਸੀਂ ਰਾਜਿਆ ਸੀ, ਫਾਰਮ ਜਿਹੜਾ ਉਹਨੇ ਸਾਤੋਂ ਭਰਾਇਆ ਰਾਜਿਆਲ ਦਾ ਐਡਰੈਸ ਸੀ ਤੇ ਸਾਨੂੰ ਰਾਜਿਆਲ ਕਹਿ ਕੇ ਲੈ ਕੇ ਗਏ ਉਹਨਾਂ ਨੇ, ਸਾਨੂੰ ਬਾਅਦ 'ਚ ਪਤਾ ਲੱਗਿਆ ਹੁਣ ਵੀ ਮਾਹੌਲੀ ਰੱਖਿਆ ਸੀ। ਮਾਹੌਲੀ ਉਹਨਾਂ ਦਾ ਹੀ ਸੀ, ਸਾਨੂੰ ਨਹੀਂ ਸੀ ਪਤਾ ਵੀ ਉਹਦੇ ਬਾਰੇ, ਉਹ ਸਾਨੂੰ ਰਾਜਿਆਲ ਦੇ ਐਡਰੈਸ 'ਤੇ ਸਾਈਨ ਕਰਵਾਏ ਨੇ ਸਾਥੋਂ। ਫਿਰ ਕੀ ਹੋਇਆ? ਫਿਰ ਉਹਨੂੰ ਅਸੀਂ 5-9 ਨੂੰ ਦਾ ਕਰਵਾਇਆ ਸੀ ਸ਼ਾਮ ਨੂੰ, ਉਹ ਵੀ 3 ਵਜੇ ਦੇ ਤਕਰੀਬਨ ਲੈ ਕੇ ਗਏ ਨੇ ਉਹਨਾਂ ਨੇ ਸਵੇਰੇ 8 ਵਜੇ, 8 ਤਰੀਕ ਨੂੰ ਸਵੇਰੇ 8 ਵਜੇ ਫੋਨ ਕਰਤਾ, ਕਹਿੰਦੇ ਮੁੰਡੇ ਨੂੰ ਅਟੈਕ ਹੋ ਗਿਆ। ਫਿਰ ਤੁਹਾਨੂੰ ਕੀ ਪਤਾ ਲੱਗਿਆ ਵੀ ਕੀ ਗੱਲ ਹੋਈ ਹੈ ਬਾਅਦ 'ਚ? ਅਸੀਂ ਜਦੋਂ ਗਏ ਤਾਂ ਉਹਦੇ ਬੋਡੀ 'ਤੇ ਬਹੁਤ ਜ਼ਿਆਦਾ ਸੱਟਾਂ ਨੇ, ਸਾਰੀ ਬੋਡੀ ਖਰਾਬ ਹੋਈ ਪਈ ਆ, ਕੁੱਟੀ ਹੋਈ ਅੱਖ, ਗਰਦਨ ਤੋੜੀ ਹੋਈ ਆ, ਮਤਲਬ ਗਰਦਨ ਐਂ ਹਿੱਲ ਰਹੀ ਆ, ਘੁੰਮਦੀ ਆ ਉਹਦੀ ਗਰਦਨ, ਬਹੁਤ ਜ਼ਿਆਦਾ ਸੱਟਾਂ ਨੇ ਉਹਦੀ ਸਾਰੀ ਬੋਡੀ 'ਤੇ ਹੀ ਨੇ। ਤੁਸੀਂ ਰਿਪੋਰਟ ਦਰਜ ਕਰਾਈ ਫਿਰ? ਹਾਂਜੀ, ਅਸੀਂ ਸੰਦੌੜ ਕਰਵਾਈ। ਕੀ ਕਹਿੰਦੇ ਪੁਲਿਸ ਵਾਲੇ ਆਏ? ਪੁਲਿਸ ਵਾਲੇ ਪਹਿਲਾਂ 2 ਦਿਨ ਤਾਂ ਉਹਨਾਂ ਨੇ ਸਾਨੂੰ ਕੁਛ ਦੱਸਿਆ ਜਾਂ ਨਹੀਂ, ਕੱਲ੍ਹ ਅਸੀਂ ਪਰਚਾ ਦਰਜ ਕੀਤਾ ਗਾ। ਫਿਰ ਉਹ ਫੜ ਲਿਆ ਉਹ ਬੰਦਾ? ਇਹਦੇ ਬਾਰੇ ਸਾਨੂੰ ਪਤਾ ਨਹੀਂ, ਇਹਨਾਂ ਦੱਸਿਆ ਨਹੀਂ ਤੁਸੀਂ ਫੜ ਲਿਆ ਤਾਂ ਨਹੀਂ। ਇਨਸਾਫ ਚਾਹੁੰਦੇ ਆ? ਕੀ ਮੰਗ ਕਰਦੇ ਹੋ? ਸਾਨੂੰ ਵੀ ਇਨਸਾਫ ਹੋਵੇ, ਜਿਨ੍ਹਾਂ ਨੇ ਇਹ ਕੁਛ ਕੁੱਟਿਆ ਉਹਨੂੰ ਮਾਰਿਆ, ਬਹੁਤ ਜ਼ਿਆਦਾ ਕੁੱਟਿਆ ਗਾ, ਵੀ ਬਹੁਤ ਬੁਰੀ ਹਾਲਤ ਨਾਲ ਕੁੱਟਿਆ ਹੋਇਆ ਉਹ। ਬੱਚੇ ਤਾਂ ਹੋਰ ਵੀ ਨੇ ਕਾਫੀ ਹੋਣਗੇ ਭਾਈ, ਉੱਥੇ ਤੁਸੀਂ ਉੱਥੇ ਗਏ ਹੋ ਤੁਸੀਂ ਦਾਖਲ? ਨਹੀਂ, ਹਜੇ ਉਹਨਾਂ ਨੇ ਸਾਨੂੰ ਕਹਿਤਾ ਸੀ ਹਫ਼ਤਾ ਨਾ ਆਇਓ ਤੁਸੀਂ ਮਿਲਣ, ਵੀ ਹਫ਼ਤੇ ਬਾਅਦ ਆਇਓ, ਵੀ ਫਿਰ ਇਹ ਤੁਹਾਡੇ ਨਾਲ ਜਾਣ ਨੂੰ ਕਹੂਗਾ, ਵੀ ਹਫ਼ਤੇ ਬਾਅਦ ਤੁਸੀਂ ਆਇਓ। ਕੀ ਨੰਬਰ ਤੁਹਾਡਾ? ਸਰਬਜੀਤ ਆ ਜੀ। ਗੁਰਮਤ ਵਿਦਿਆਲਿਆ ਵਾਲੇ ਆ ਵੀ ਅਸੀਂ ਉੱਥੇ ਇਹਨੂੰ ਵੀ ਅੰਮ੍ਰਿਤ ਵੀ ਛਕਾਵਾਂਗੇ, ਇੱਦਾਂ ਵੀ ਕਰਾਂਗੇ ਅਸੀਂ। ਚਲੋ ਉਹ ਚੀਜ਼ ਜਿਹੜਾ ਰਾਜਿਆਲ ਦਾ ਹੀ ਸੁਣਿਆ ਸੀ ਉਹ ਸਾਨੂੰ ਠੀਕ ਲੱਗਿਆ ਸੀ ਵੀ ਰਾਜਿਆਲ ਠੀਕ ਹੈ, ਪਰ ਇਹਨਾਂ ਨੇ ਮਤਲਬ ਉੱਥੇ ਰਾਜਿਆਲ ਲਿਜਾਣ ਦੀ ਬਜਾਏ ਇਹਨਾਂ ਨੇ ਆਪਾਂ ਨੂੰ ਉੱਥੇ ਮਾਹੌਲੀ ਲੈ ਗਏ ਆਪਣੇ ਬੱਚੇ ਨੂੰ, ਤੇ ਉੱਥੇ 5-5 ਨਾਂ ਉਹਨੂੰ ਲੈ ਕੇ ਗਏ ਨੇ ਤੇ 8-9 ਨੂੰ ਸਵੇਰੇ 8:30-8 ਵਜੇ ਫੋਨ ਕਰਕੇ ਦੱਸਦੇ ਨੇ, ਕਹਿੰਦੇ ਵੀ ਤੁਹਾਡੇ ਮੁੰਡੇ ਨੂੰ ਅਟੈਕ ਆ ਗਿਆ। ਜਦੋਂ ਉੱਥੇ ਫਿਰ ਮੇਰੇ ਆਪਣੇ ਰਿਸ਼ਤੇਦਾਰ, ਮੇਰੇ ਮਾਸੀ ਮਾਸੜ ਤੇ ਭੂਆ ਦੇ ਲੜਕੇ, ਬਾਕੀ ਇਧਰੋਂ ਮੇਰੇ ਮਾਮੇ ਦਾ ਮੁੰਡਾ ਸਾਰੇ ਗਏ ਨੇ
ਇਹਨਾਂ ਨੇ ਜਾ ਕੇ ਦੇਖਿਆ ਪ੍ਰੋ ਲਾਈਫ 'ਚ, ਉੱਥੇ ਮਤਲਬ ਉਹਦੇ ਸੱਟਾਂ ਸੀ ਅੱਖ ਦੇ ਉੱਤੇ, ਸਮਾਈਲਿੰਗ ਹੋਈ ਪਈ ਸੀ, ਇੱਥੇ ਨੀਲੀ ਹੋਈ ਪਈ ਆ, ਅਤੇ ਬਹੁਤ ਮਤਲਬ ਬੁਰੀ ਤਰ੍ਹਾਂ ਨਾਲ ਕੁੱਟਿਆ ਹੋਇਆ, ਉਹਦੇ ਲੱਤਾਂ ਦੇ ਨਿਸ਼ਾਨ ਨੇ, ਉਹਦੀ ਗਰਦਨ ਦੇ, ਗਰਦਨ ਖੜਦੀ ਨਹੀਂ, ਇੱਥੇ ਵੀ ਨਿਸ਼ਾਨ ਆ ਉਹਦੇ ਗਰਦਨ 'ਤੇ, ਕੁਛ ਦਾਖਲ ਕਰਿਆ ਸੀ ਬਾਅਦ 'ਚ ਉਹਨਾਂ ਨੂੰ, ਉਹਨੂੰ ਦਾਖਲ ਕੁਛ ਨਹੀਂ ਕੀਤਾ, ਸਟ੍ਰੈਕਚਰ 'ਤੇ ਪਾਇਆ ਹੋਇਆ ਸੀ ਜੀ ਉਹਨਾਂ ਨੇ, ਜਿਹੜਾ ਆਪਣਾ ਮਤਲਬ ਬਾਹਰ। ਕਿੱਥੇ ਕਿਹੜੀ ਜਗ੍ਹਾ 'ਤੇ ਪਾਇਆ ਸੀ ਸਟ੍ਰੈਕਚਰ? ਪ੍ਰੋ ਲਾਈਫ 'ਚ ਜੀ। ਕਿੱਥੇ ਕਿਹੜੀ ਜਗ੍ਹਾ 'ਤੇ ਇਹ? ਇਹ ਗਿੱਲਾਂ ਜੀ, ਲੁਧਿਆਣਾ ਗਿੱਲਾਂ। ਫਿਰ ਤੁਹਾਨੂੰ ਮਤਲਬ ਜਦੋਂ ਪਤਾ ਲੱਗਿਆ ਵੀ ਸੱਟਾਂ ਕਾਫੀ ਲੱਗੀਆਂ ਨੇ, ਰਿਪੋਰਟ ਦਰਜ ਕਰਾਈ ਹੋ? ਹਾਂ, ਅਸੀਂ ਫਿਰ ਇਨਫੋਰਮ ਕੀਤਾ ਪੁਲਿਸ ਨੂੰ ਵੀ ਇੱਥੇ ਸੰਦੌੜ ਥਾਣੇ 'ਚ ਗਏ, ਉਹ ਕਹਿੰਦੇ ਵੀ ਕੋਈ ਨਹੀਂ ਅਸੀਂ ਕਾਰਵਾਈ ਕਰਦੇ ਹਾਂ, ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਕੋਈ ਰਾਹ ਜਿਹਾ ਨਹੀਂ ਦਿੱਤਾ ਜੀ, ਫਿਰ ਉਹਨਾਂ ਨੇ ਮਤਲਬ ਥੋੜ੍ਹੇ ਟਾਈਮ ਬਾਅਦ ਫਿਰ ਕਹਿੰਦੇ ਹਾਂ ਸਾਡੇ ਹੈਗੇ ਏਰੀਏ ਇੱਥੇ ਵੀ ਅਸੀਂ ਕਰਦੇ ਹਾਂ ਕਾਰਵਾਈ ਉਹਨਾਂ 'ਤੇ, ਅਤੇ ਉਹ ਕਾਰਵਾਈ ਫਿਰ ਕਰਦੇ ਉਹਨਾਂ ਨੇ ਕੀਤੀ, ਉਦੋਂ ਕੁਛ ਵੀ ਨਹੀਂ, ਸਾਨੂੰ ਦੋ ਦਿਨ ਕੋਈ ਉਹ ਨਹੀਂ, ਸਾਨੂੰ ਕੁਛ ਨਹੀਂ ਦੱਸਿਆ ਉਹਨਾਂ ਨੇ, ਨਾ ਕੋਈ ਰਾਹ ਪਾਇਆ, ਅਤੇ ਹੁਣ ਕੱਲ੍ਹ ਸਾਡੀ ਰਿਪੋਰਟ ਹੋਈ ਹੈ, ਅਤੇ ਅੱਜ ਬੱਚੇ ਦਾ ਪੋਸਟਮਾਰਟਮ ਹੋ ਰਿਹਾ। ਜਿਹੜਾ ਇਹ ਸੀਗਾ ਮੋਹਲੀ ਸਾਊ ਕੇਂਦਰ ਕਹਿ ਦਈਏ ਆਪਾਂ, ਹਨਾ, ਇਹ ਕੀ ਮਤਲਬ ਕੋਈ ਬੋਰਡ ਬੜਾ ਲੱਗੇ ਹੋਏ ਨੇ ਸਾਊ ਕੇਂਦਰ, ਕੀ ਆ ਇਹ? ਇੱਥੇ ਹਜੇ ਮੈਂ ਕੈਨੇਡਾ ਰਹਿੰਦਾ ਜੀ, ਮੈਂ ਕੱਲ੍ਹ ਹੀ ਆਇਆ, ਮੈਂ ਅੱਜ ਉੱਥੇ ਗਿਆ ਨਹੀਂ ਹੈਗਾ, ਮਤਲਬ ਸਾਡੇ ਰਿਸ਼ਤੇਦਾਰ ਗਏ ਹੋਏ ਨੇ, ਹੁਣ ਵੀ ਗਏ ਹੋਏ ਨੇ, ਉਹ ਆਉਣ ਵਾਲੇ ਨੇ, ਉਹ ਤੁਹਾਨੂੰ ਇਹਦੇ ਬਾਰੇ ਵੱਧ ਜ਼ਿਆਦਾ ਦੱਸ ਸਕਦੇ ਨੇ। ਕੀ ਮੰਗ ਕਰਦੇ ਹੋ? ਅਸੀਂ ਇਨਸਾਫ ਦੀ ਮੰਗ ਕਰਦੇ ਸੀ, ਕਹਿੰਦੇ ਜਿੰਨੇ ਵੀ ਬੰਦਿਆਂ ਨੇ ਇਹ ਚੀਜ਼ ਕੀਤੀ ਆ ਉਹਦੇ ਨਾਲ ਬਦਸਲੂਕੀ, ਜੋ ਵੀ ਉਹਦੇ ਨਾਲ ਤਸ਼ੱਦਦ ਕੀਤੇ ਨੇ, ਅਸੀਂ ਉਹਨਾਂ ਨੂੰ ਬਣਦੀ ਕਾ ਜਿਹੜੀ ਸਜ਼ਾ ਉਹਨਾਂ ਨੂੰ ਵੱਧ ਤੋਂ ਵੱਧ ਦਵਾਉਣੀ ਚਾਹੁੰਦੇ ਹਾਂ, ਇਹ ਸਾਡੀ ਮੰਗ ਆ। ਮਾਂ ਬਾਰਾ ਬੱਚਾ ਸੀਗਾ, ਹੁਣ ਘਰੇ ਦਾਦੀ ਇਕੱਲੀ ਰਹਿ ਗਈ, ਉਹਦਾ ਵੀ ਨਹੀਂ ਕੋਈ ਆਏਗਾ ਵੀ ਐਂ ਕੋਈ ਅਜਾ ਲੱਗਦਾ ਨਹੀਂ ਵੀ ਬਚੂ, ਉਹ ਵੀ ਸਟ੍ਰੈਸ 'ਚ ਆ ਬਹੁਤ, ਸਾਰਾ ਪਰਿਵਾਰ ਬਹੁਤ ਦੁੱਖ ਦੀ ਘੜੀ 'ਚ ਲੰਘ ਰਿਹਾ। ਦੇਖੋ ਜੀ, ਡੈੱਡ ਬੋਡੀ ਅਸੀਂ ਐਗਜ਼ਾਮੇਸ਼ਨ ਕੀਤਾ ਸੀ ਅੱਜ 11:30 ਵਜੇ, ਅਤੇ ਉਹਦੇ ਵਿੱਚ ਕਾਫੀ ਮਲਟੀਪਲ ਇੰਜਰੀ ਆਈਆਂ ਨੇ, ਅਤੇ ਹੈੱਡ ਕਾਫੀ ਜ਼ਿਆਦਾ ਸਵੈਲਨ ਸੀਗਾ, ਫ੍ਰੈਕਚਰ ਵੀ ਆਇਆ ਹੈੱਡ ਦੇ ਵਿੱਚ, ਅਤੇ ਮੋਸਟ ਪ੍ਰੋਬਲੀ ਮਤਲਬ ਕੋਈ ਲੜਾਈ ਝਗੜੇ ਦੇ ਵਿੱਚ ਹੀ ਇਹਦੀ ਸ਼ਾਇਦ ਡੈਥ ਹੋਈ ਗਈ ਹੈ। ਬਾਕੀ ਫਿਰ ਅਸੀਂ ਮਿਸਰਾ ਦਾ ਕੈਬਨਿਟ ਵਾਸਤੇ ਅਸੀਂ ਸੈਂਡ ਕਰ ਰਹੇ ਹਾਂ, ਬਾਕੀ ਉਹਦੀ ਰਿਪੋਰਟ ਅਜੇ ਪੈਂਡਿੰਗ ਹੈ। ਕੀ ਨਾਮ ਸੀ ਪੇਸ਼ੈਂਟ? ਰਮਨਦੀਪ ਸਿੰਘ, ਸਨ ਆਫ ਗੁਰਮੇਲ ਸਿੰਘ। ਹਾਂ ਜੀ ਹਾਂ, ਡਾਕਟਰ ਰਹਿਮਾਨ ਸੀਗੇ, ਡਾਕਟਰ ਵਾਟਿਕਾ ਕਪੂਰ, ਡਾਕਟਰ ਮੁਹੰਮਦ ਬਿਲਾਲ, ਅਤੇ ਡਾਕਟਰ ਦਾ ਬਿਲਕੁਲ ਰਿਪੋਰਟ ਬੈਠਾ ਹੈ, ਉਹਨਾਂ ਨੇ ਅਸੀਂ ਮਿਲ ਕੇ ਕੀਤਾ। ਸਰ, ਇੱਕ ਰਮਨਦੀਪ ਸਿੰਘ ਨਾਮ ਦੇ ਮੁੰਡੇ ਦੀ ਜਿਹੜੀ ਕਿ ਡੈਥ ਹੋ ਗਈ ਜੀ, ਡੈਡ ਬੋਡੀ ਮਿਲੀ ਹੈ ਜੀ ਪਿੰਡ ਮੋਹਲੀ ਕਲਾਂ ਵਿੱਚ, ਕੀ ਮਾਮਲਾ ਜੀ ਸਰ? ਇਹਦੇ ਵਿੱਚ ਸਾਡੇ ਨੋਟਿਸ ਦੇ ਵਿੱਚ ਆਇਆ 5 ਤਰੀਕ ਨੂੰ ਇਸ ਲੜਕੇ ਨੂੰ ਇਹਦੇ ਵਾਰਸਾਂ ਨੇ ਨਸ਼ਾ ਛਡਾਉਣ ਦੇ ਸੰਬੰਧ ਦੇ ਵਿੱਚ, ਜਿਹੜਾ ਅਨਥਰਾਈਜ਼ ਨਸ਼ਾ ਛਡਾਓ ਕੇਂਦਰ ਚੱਲ ਰਿਹਾ ਸੀ, ਸੁਖਵਿੰਦਰ ਸਿੰਘ ਸਾਨੂੰ ਪ੍ਰਿਤਪਾਲ ਸਿੰਘ ਵਾਸੀ ਸਹਾਰ ਮਾਜਰਾ ਉਹ ਚਲਾ ਰਿਹਾ ਸੀ, ਉੱਥੇ ਦਾਖਲ ਕਰਵਾਇਆ ਸੀ। 8 ਤਰੀਕ ਨੂੰ ਇਸ ਦੀ ਡੈਥ ਹੋ ਗਈ। ਵਾਰਸਾਂ ਨੇ ਦੱਸਿਆ ਵੀ ਮਤਲਬ ਇਹ ਜਿਹੜੀ ਡੈਥ ਹੋਈ ਹੈ ਵੀ ਇਹਨਾਂ ਵੱਲੋਂ ਤਸ਼ੱਦਦ ਕਰਨ ਕਰਕੇ ਜਾਂ ਇਹਦੀ ਕੁੱਟਮਾਰ ਕਰਨ ਕਰਕੇ ਹੋਈ ਹੈਗੀ, ਵੀ ਇਹਦੇ ਨਾਲ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਿਸ 'ਤੇ ਇਹਦੀ ਸਿਸਟਰ ਹਰਦੀਪ ਕੌਰ, ਵਾਈਫ ਆਫ ਜਸਪ੍ਰੀਤ ਸਿੰਘ ਵਾਸੀ ਗਹਿਰਾ ਦੇ ਬਿਆਨ ਦੇ ਉੱਤੇ ਅਸੀਂ ਮੁਕੱਦਮਾ ਨੰਬਰ 62 ਮਿਤੀ 10/9/2024 ਅੰਡਰ ਸੈਕਸ਼ਨ 105 3.2 BNS ਦੇ ਤਹਿਤ ਇਹ ਪਰਚਾ ਦਰਜ ਕੀਤਾ। ਪਰਚਾ ਦਰਜ ਕਰਕੇ ਅੱਜ ਉਹਦਾ ਪੋਸਟਮਾਰਟਮ ਕਰਵਾਇਆ ਗਿਆ ਬੋਰਡ ਤੋਂ, ਅਤੇ ਜਿਹੜਾ ਮੁਲਜ਼ਮ ਹੈ ਸੁਖਵਿੰਦਰ ਸਿੰਘ ਉਹਨੂੰ ਅਸੀਂ ਅਰੈਸਟ ਕਰ ਲਿਆ। ਕੋਈ ਇਸ ਤਰ੍ਹਾਂ ਦਾ ਸਰ ਹੋਰ ਤਾਂ ਨਹੀਂ ਮਾਮਲਾ ਸਾਹਮਣੇ ਆਇਆ ਜੀ, ਮਤਲਬ ਜਿਵੇਂ ਇਹ ਮੁੰਡੇ ਡੈਥ ਹੋਈ ਆ, ਤੁਸੀਂ ਕੋਈ ਹੋਰ ਮੁੰਡੇ ਬਰਾਬਰ ਹੋਏ ਉਹਨਾਂ ਦਾ? ਨਹੀਂ, ਹੋਰ ਕੋਈ ਗੱਲਬਾਤ ਨਹੀਂ ਨੋਟਿਸ ਦੇ ਵਿੱਚ ਆਈ, ਕਿਉਂਕਿ ਇਹ ਵੀ ਇਲੀਗਲ ਚੱਲ ਰਿਹਾ ਸੀ। ਇਹਦੇ ਬਾਰੇ ਅਸੀਂ ਸੰਬੰਧਿਤ ਹੈਲਥ ਡਿਪਾਰਟਮੈਂਟ ਹੈ ਉਹਨਾਂ ਪੱਤਰ ਵਿਹਾਰ ਕਰਾਂਗੇ,
ਵੀ ਤਾਂ ਕਿ ਇਹਨਾਂ ਖਿਲਾਫ਼ ਜੋ ਵੀ ਉਹਨਾਂ ਦੀ ਪ੍ਰੋਵੀਜ਼ਨ ਹੈ ਉਹ ਕਾਰਵਾਈ ਬਣਦੀ ਹੈ ਹੈਲਥ ਡਿਪਾਰਟਮੈਂਟ ਵੱਲੋਂ ਉਹ ਕੀਤੀ ਆ।